ਅਜੀਠਾ ਰੋਡ ਕਰਮ ਸਿੰਘ ਹੋਸਪਿਟਲ ਦੇ ਲਾਗੇ ਹੋਣਾ, ਇੱਕ ਲੇਡੀਜ਼ ਜਾ ਰਹੀ ਸੀ, ਸਕੂਟੀ ਦੇ ਪਿੱਛੇ ਬੈਠੀ ਸੀ ਅਤੇ ਦੋ ਵਿਅਕਤੀ ਆਏ ਸਕੂਟਰੀ 'ਤੇ ਅਤੇ ਉਹਦਾ ਪਰਸ ਖੋਹ ਕੇ ਅਤੇ ਸਨੈਚੀ ਕਰਕੇ ਲੈ ਗਏ। ਉਸ ਵਿੱਚ ਹਾਰ ਸੀ ਸੋਨੇ ਦਾ ਅਤੇ ਪਲੱਸ ਉਹਦੀ ਪਾਸਬੁੱਕ ਸੀ, ਏਅਰਿੰਗ ਸੀ ਹੈਗੀ ਸੀ। ਇਹ ਜਦੋਂ ਫਲੈਸ਼ ਹੋਇਆ ਅਸੀਂ ਵੀ ਜਿਹੜੇ ਹੈਗੇ ਐਸ ਐਚ ਓ ਸੁਲਤਾਨਵਿੰਡ ਵੱਲੋਂ ਜਿਹੜਾ ਹੈਗਾ ਇਸ ਸੰਬੰਧ ਵਿੱਚ ਸਪੈਸ਼ਲ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਗਈ। ਅਤੇ ਐਸ ਆਈ ਅਸ਼ਵਨੀ ਕੁਮਾਰ ਨੇ ਕੱਲ੍ਹ 8 ਤਰੀਕ ਨੂੰ ਕਿਹਾ ਹੈ, 9 ਤਰੀਕ ਨੂੰ ਹੀ ਇਹ ਜਿਹੜਾ ਹੈਗਾ ਇਹ ਜੇ ਦੋਨੋਂ ਹੀ ਲੜਕੇ ਜਿਹੜੇ ਹੈਗੇ ਫੜ ਲਏ। ਉਸ ਕੋਲੋਂ ਜਿਹੜਾ ਸੋਨੇ ਦਾ ਹਾਰ, ਏਅਰਿੰਗਸ, ਪਰਸ ਪਲੱਸ ਜਿਹੜਾ ਹੈਗਾ ਸਕੂਟਰੀ ਜਿਸ 'ਤੇ ਇਹਨਾਂ ਨੇ ਖੋਹੀ ਸੀ ਅਤੇ ਇੱਕ ਪਾਸਬੁੱਕ ਜਿਹੜੀ ਬੈਂਕ ਦੀ ਹੈਗੀ ਹੈ ਉਹਦੇ ਕੋਲ ਰਿਕਵਰ ਕੀਤੀ। ਨਹੀਂ ਸਕੂਟਰੀ ਆਪਣੀ ਸੀ, ਉਹਨਾਂ ਦੀ ਆਪਣੀ ਸੀ ਨਾ, ਜਿਹਦੇ 'ਤੇ ਸਕੂਟਰੀ 'ਤੇ ਸੀ ਉਹ ਵੀ ਸਕੂਟਰੀ ਬਰਾਮਦ ਕਰ ਲਈ ਹੈ ਦੋਨੋਂ, ਇੱਕ ਹਾਰ ਵੀ ਬਰਾਮਦ ਕਰ ਲਿਆ, ਏਅਰਿੰਗਸ ਵੀ ਬਰਾਮਦ ਕਰ ਲਏ, ਪਲੱਸ ਜਿਹੜਾ ਹੈਗਾ ਪਾਸਬੁੱਕ ਬੈਂਕ ਦੀ ਅਤੇ ਜਿਹੜਾ ਪਰਸ ਹੈਗਾ ਸੀ ਇਹ ਵੀ ਜਿਹੜਾ ਹੈਗਾ। ਇਹ ਅਸੀਂ ਜਦੋਂ 40 ਵਾਲਾ ਬਾਜ਼ਾਰ ਦੇ ਵਿੱਚ ਮਾਲ ਵੇਚਣ ਆ ਰਹੇ ਨੇ ਕੋਈ ਸੋਨੇ ਵਾਲਾ, ਅਤੇ ਉਹ ਇਸ ਜਿਹੜਾ ਐਸ ਐਚ ਓ ਸਾਹਿਬ ਅਤੇ ਇਸ ਆਈ ਅਸ਼ਵਨੀ ਕੁਮਾਰ ਜਿਹੜਾ ਹੈਗਾ ਇਹਨਾਂ ਨੇ ਨਾਕਾ ਲਾਇਆ ਉੱਥੇ। ਜਦੋਂ ਨਾਕਾ ਲਾ ਕੇ ਦੇਖਿਆ ਵੀ ਦੋ ਮੁੰਡੇ ਆ ਰਹੇ ਨੇ, ਜਿਹਦੇ ਜੋ ਹੋਲੀਆ ਉਹਦੇ ਵਿੱਚ ਬਿਆਨ ਹੋਇਆ ਸੀ ਪਰਚੇ ਦੇ ਵਿੱਚ, ਉਸ ਮੁਤਾਬਕ ਹੋਲੀਆ ਵਾਲੇ ਦੇਖੇ ਤੇ ਜਦੋਂ ਉਹਨਾਂ ਰੁਕਣ ਦੀ ਕੋਸ਼ਿਸ਼ ਕੀਤੀ ਪਿੱਛੇ ਭੱਜਣ ਲੱਗੇ ਅਤੇ ਇਹਨਾਂ ਨੂੰ ਨਾਲ ਹੀ ਕਾਬੂ ਕਰ ਲਿਆ। ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਦੋਂ ਚੈਕਿੰਗ ਕੀਤੀ ਚੈਕਿੰਗ ਦੇ ਵਿੱਚ ਬੈਗ ਵੀ ਮਿਲ ਗਿਆ ਉਹ ਗੱਡੀ ਦੇ ਵਿੱਚੋਂ, ਸਕੂਟਰੀ ਦੇ ਵਿੱਚੋਂ, ਪਲੱਸ ਜਿਹੜੇ ਏਅਰਿੰਗਸ ਅਤੇ ਹਾਰ ਅਤੇ ਬੈਂਕ ਦੀ ਕਾਪੀ ਇਹ ਉਹਨਾਂ ਵਿੱਚੋਂ ਮਿਲੀ। ਨਹੀਂ ਇਹ ਨਹੀਂ, ਉਹ ਤਾਂ ਜਾਣਾ ਹੀ ਆਮ ਬਾਜ਼ਾਰ, ਇਹ ਉਹਦੇ ਵਿੱਚ ਹੀ ਰੱਖਿਆ ਸੀ ਨਾ, ਉਹਨਾਂ ਬੈਗ ਦੇ ਵਿੱਚ ਡਿੱਗੀ ਦੇ ਵਿੱਚ ਹੀ ਰੱਖਿਆ ਹੋਇਆ ਸੀ ਇਹਨਾਂ ਨੇ, ਵੀ ਬਾਹਰ ਸੁੱਟਿਆ ਹੀ ਨਹੀਂ, ਵੀ ਇਹ ਚਲੋ ਮਾਲ ਸਮੇਤ ਜਿਹੜਾ ਹੈਗਾ ਉਹਦੇ ਵਿੱਚ ਹੀ ਪਾਇਆ ਹੋਇਆ। ਇਹ ਹੋ ਸਕਦਾ ਵੀ ਉਹਨਾਂ ਨੇ ਇਹ ਸੋਚਿਆ ਸੀ ਵੀ ਇਹਨੇ ਵਧੀਆ ਪਰਸ ਲੱਗ ਰਿਹਾ ਕਿਸੇ ਨੂੰ ਦੇਵਾਂਗੇ, ਕੋਈ ਆਪਣੀ ਗਰਲਫ੍ਰੈਂਡ ਵਗੈਰਾ ਨੂੰ ਕਹਿੰਦੇ ਵੀ ਬਾਅਦ 'ਚ ਦੇਵਾਂਗੇ। ਇਹ ਤਾਂ ਹੁਣ ਬਾਅਦ 'ਚ ਇਹ ਕਹਿੰਦੇ ਹੈਗੀ ਹੈ, ਪਰ ਅਸੀਂ ਉਸ ਨਹੀਂ ਪਹਿਲੇ ਨਹੀਂ, ਇੱਕ ਬੰਦਾ ਇਟਲੀ ਤੋਂ ਆਇਆ ਇਹ ਜਿਹੜਾ ਹੈਗਾ ਇਹਨਾਂ ਨੇ ਫਸਟ ਅਟੈਂਪਟ ਕੀਤੀ ਅਤੇ ਉਹਦੇ ਵਿੱਚ ਹੀ ਰਹੇ ਕਾਬੂ ਆ ਗਏ। ਨਸ਼ੇ ਕਰਦੇ ਨੇ, ਗੋਲੀਆਂ ਕਹਿੰਦੇ ਕਹਿੰਦੇ ਨੇ ਗੋਲੀਆਂ ਖਾਂਦੇ ਆ, ਫਿਰ ਵੀ ਵੇਰਵੀ ਕਰਾਂਗੇ। ਦੂਸਰਾ ਜਿਹੜਾ ਹੈਗਾ ਇਹ ਅੱਜ ਤੋਂ ਉਹਨਾਂ ਦੀ ਦੁਕਾਨ 'ਤੇ ਦੋ ਵਿਅਕਤੀ ਆਏ, ਦੋ ਵਿਅਕਤੀ ਆ ਕੇ ਪਹਿਲੇ ਬਾਹਰ ਗੱਲਬਾਤ ਕੀਤੀ ਅਤੇ ਉਹਦੇ ਅੰਦਰ ਦੁਕਾਨ ਉਹਨਾਂ ਦੀ ਮੋਬਾਈਲ ਦੀ ਹੈਗੀ ਹੈ ਕਾਰਡ ਚਾਰਜ ਦੀ। ਜਦੋਂ ਫੋਨ ਉਸਾਰੇ ਤਾਂ ਫੋਨ ਕਰਦੇ ਕਰਦੇ ਮੋਬਾਈਲ ਖੋ ਗਏ ਅਤੇ ਭੱਜ ਗਏ। ਜਦੋਂ ਅਸੀਂ ਦੁਬਾਰਾ ਉਹਦੀ ਸੀ ਸੀ ਟੀ ਵੀ ਰਾਹੀਂ ਜਿਹੜੀ ਕਢਾਈ ਗਈ, ਫੁਟੇਜ ਕਢਾਈ ਗਈ ਅਤੇ ਉਹ ਸਾਨੂੰ ਟ੍ਰੇਸ ਆਊਟ ਹੋਏ ਹਰੀਕੇ ਚੱਬਾ ਪਿੰਡ ਹੈਗਾ ਉੱਥੇ ਹਰੀਕੇ ਦੇ ਲਾਗੇ, ਉੱਥੋਂ ਦੇ ਦੋ ਵਿਅਕਤੀ ਜਿਹੜੇ ਉੱਥੋਂ ਦੇ ਆਏ। ਜਦੋਂ ਅਸੀਂ ਹੁਣ ਦੁਬਾਰਾ ਰੇਡ ਕੀਤਾ ਕੱਲ੍ਹ ਜਾ ਕੇ ਪਰਸੋਂ, ਅਤੇ ਇਹ ਮੋਬਾਈਲ ਜਿਹੜਾ ਹੈਗਾ ਸਾਨੂੰ ਰਿਕਵਰ ਹੋ ਗਿਆ, ਮੁੰਡੇ ਦੋਨੋਂ ਭੱਜ ਗਏ। ਪਰ ਇਹ ਉਹਨਾਂ ਦੇ ਨਾਲ ਹੀ ਇਹਨਾਂ ਦਾ ਜਿਹੜਾ ਫਾਦਰ ਹੈਗਾ ਉਹ ਸਮਾਨ ਲਿਆ ਕੇ ਇਹਨੂੰ ਦਿੰਦੇ, ਇਹ ਅੱਗੇ ਵੇਚਦੇ, ਇਹ ਵੇਚਣ ਆਇਆ। ਜਦੋਂ ਇਹ ਵੇਚਣ ਆਇਆ ਤਾਂ ਇਹਨੂੰ ਨਾਲ ਹੀ ਮੋਬਾਈਲ ਜਿਹੜਾ ਹੈਗਾ ਦੁਕਾਨਦਾਰ ਨੂੰ ਕਿਹਾ ਹੋਇਆ ਸੀ ਅਤੇ ਮੋਬਾਈਲ ਵੀ ਅਸੀਂ ਰਿਕਵਰ ਕਰ ਲਿਆ। ਮੁੰਡੇ ਭੱਜੇ ਹੋਏ ਨੇ, ਇਹ ਇਹਦੇ ਇਹਦੇ ਇਹ ਮੋਬਾਈਲ ਦੀ ਕੀਮਤ ਹੈਗੀ ਹੈ ਕਰੀਬ 50,000 ਪਲੱਸ ਹੈਗੀ ਹੈ। ਨੋਟ 5 ਬਾਹਰ ਲਾਇਆ, ਇਹਦੀ ਕੀਮਤ ਕਰੀਬ 50,000 ਰੁਪਏ ਦੀ ਕੀਮਤ ਹੈਗੀ ਹੈ। ਇਹ ਵੇਚਣ ਆਇਆ ਸੀ ਅਤੇ ਇਹਨੂੰ ਜਿਹੜਾ ਹੈਗਾ ਬਰਾਮਦ ਕਰ ਲਿਆ। ਮੁੰਡੇ ਜਿਹੜੇ ਹੈਗੇ ਉਹ ਵੀ ਜਲਦੀ ਗ੍ਰਿਫਤਾਰ ਕਰ ਲਏ। ਉਹ ਉਹਨਾਂ ਦੇ ਖਿਲਾਫ਼ ਹੈਗੇ ਨੇ ਮੁਕੱਦਮੇ, ਅੱਗੇ ਵੀ ਹੈਗੇ ਨੇ ਹਰੀਕੇ ਥਾਣੇ ਤਰਨਤਾਰਨ ਉਹਦੇ ਉੱਥੇ ਹੈਗੇ ਨੇ ਬੱਚੇ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਯੂਟਿਊਬ ਚੈਨਲ ਦੇਸ਼ ਵਿਦੇਸ਼ ਟੀਵੀ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ। ਦੀਦੀ, ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ, ਪਰ ਸਵੇਰੇ ਸਵੇਰੇ ਫੇਰ ਤਿਆਰੀ ਕਸੀ ਬੈਠੇ ਹੋ। ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ, ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਹੈ ਮੇਰੀ ਇੰਟਰਵਿਊ ਲਈ। ਵਾਹ, ਕੀ ਬਾਤ ਹੈ, ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਿਹਾ ਹੈ। ਬਾਲੀਵੁੱਡ ਦਾ ਨੰਬਰ 1 ਫਿਲਮ ਮੇਰੇ ਸਾਲਾ ਪੰਜਾਬੀ ਸਕਰੀਨ।